ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਮੇਰੇ ਯੂਟਿਊਬ ਦੇ ਚੈਨਲ ਬਲੌਗ ਅੰਡਰ ਵਿੱਚ। ਅਤੇ ਦੋਸਤੋ, ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਪਾਂ ਜਵੈਲਰਸ ਵਾਲਾ ਬਾਜ਼ਾਰ, ਜਿਹੜਾ ਅੰਮ੍ਰਿਤਸਰ 'ਚ ਸਥਿਤ ਆ। ਇਹਨੂੰ ਸੁਨਿਆਰਿਆਂ ਦਾ ਬਾਜ਼ਾਰ ਵੀ ਕਹਿੰਦੇ ਅਤੇ ਕਾਫੀ ਪੁਰਾਣਾ ਬਾਜ਼ਾਰ ਆ। ਅਤੇ ਇਸ ਬਾਜ਼ਾਰ 'ਚ ਕਾਫੀ ਪੁਰਾਣੀਆਂ ਜਿਹੜੀਆਂ ਇਮਾਰਤਾਂ ਵੀ ਤੁਹਾਨੂੰ ਵੇਖਣ ਨੂੰ ਮਿਲ ਜਾਣਗੀਆਂ। ਅਤੇ ਦੋਸਤੋ, ਇਹ ਜਿਹੜਾ ਬਾਜ਼ਾਰ ਹੈ, ਝੂੜੇ ਵਾਲੇ ਬਾਜ਼ਾਰ ਤੋਂ ਅਗਲੇ ਬੰਨੇ ਆਉਂਦਾ। ਤੁਸੀਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਜਿਹੜਾ ਦੱਖਣੀ ਦਰਵਾਜ਼ਾ, ਉਹਦੇ ਸੱਜੇ ਹੱਥ ਜਾਓਗੇ ਅਤੇ ਪਾਪੜ ਬਣੀ ਵਾਲੇ ਬਾਜ਼ਾਰ ਤੋਂ ਅਗਲੇ ਬੰਨੇ ਤੁਹਾਨੂੰ ਝੂੜੇ ਵਾਲਾ ਬਾਜ਼ਾਰ ਮਿਲੇਗਾ। ਅਤੇ ਉਹ ਬਾਜ਼ਾਰ ਜਿਹੜਾ ਸਿੱਧਾ ਗੜੀ ਜਵੈਲਰਸ ਵਾਲੇ ਬਾਜ਼ਾਰ ਚੱਲ ਜਾਂਦਾ। ਆਓ ਦੋਸਤੋ, ਤੁਹਾਨੂੰ ਵਿਖਾਉਂਦੇ ਹਾਂ ਜਵੈਲਰਸ ਵਾਲਾ ਬਾਜ਼ਾਰ। ਦੋਸਤੋ, ਇਸ ਬਾਜ਼ਾਰ ਵਿੱਚ ਨਾ ਕਾਫੀ ਜ਼ਿਆਦਾ ਪੁਰਾਣੀਆਂ ਇਮਾਰਤਾਂ ਵੀ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਜਿਹੜੇ ਪੁਰਾਣੇ ਆਰਕੀਟੈਕਚਰਿੰਗ ਦੇ ਸ਼ੌਕੀਨ ਆ, ਉਹ ਇਸ ਬਾਜ਼ਾਰ ਨੂੰ ਵਿਜ਼ਿਟ ਕਰ ਸਕਦੇ ਆ। ਦੋਸਤੋ, ਜਿਵੇਂ ਤੁਸੀਂ ਵੇਖ ਸਕਦੇ, ਇੱਥੇ ਚਿੰਨੀਆਂ ਦੁਕਾਨਾਂ ਸਾਰੀਆਂ ਦਰਵਾਜ਼ਿਆਂ ਨੂੰ ਇੱਕ ਅਲੱਗ ਤੋਂ ਲੋਹੇ ਦਾ ਦਰਵਾਜ਼ਾ ਲਾਇਆ ਹੋਇਆ ਸੇਫਟੀ ਵਾਸਤੇ। ਅਤੇ ਸਾਰੇ ਦਾ ਸਾਰਾ ਬਾਜ਼ਾਰ ਜਿਹੜਾ ਹੈ ਜਵੈਲਰਸ ਦਾ ਬਾਜ਼ਾਰ। ਇੱਥੇ ਤੁਹਾਨੂੰ ਆਰਟੀਫਿਸ਼ੀਅਲ ਜਵੈਲਰੀ, ਸੋਨੇ ਦੀ ਚਾਂਦੀ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਅਤੇ ਦੋਸਤੋ, ਇਹ ਵੀ ਕੋਈ ਬਾਜ਼ਾਰ ਜਿਹੜਾ 400 ਸਾਲ ਪੁਰਾਣਾ। ਕਹਿੰਦੇ ਆ ਵੀ ਜਦੋਂ ਗੁਰੂ ਰਾਮਦਾਸ ਜੀ ਨੇ ਆ ਕੇ ਇਹ ਨਗਰ ਵਸਾਇਆ ਸੀ, ਅਤੇ ਉਦੋਂ ਕੁਝ ਬਾਜ਼ਾਰ ਵਸਾਇਆ ਸੀ, ਅਤੇ ਉਹਨਾਂ ਬਾਜ਼ਾਰਾਂ ਵਿੱਚ ਇੱਕ ਬਾਜ਼ਾਰ ਇਹ ਆ। ਅਤੇ ਦੋਸਤੋ, ਇਹ ਬਾਜ਼ਾਰ ਦੇ ਵਿੱਚ ਇੱਕ ਆ ਪ੍ਰਾਚੀਨ ਮੰਦਰ ਆ, ਅਤੇ ਇਹ ਮੰਦਰ ਬਹੁਤ ਪੁਰਾਣਾ। ਅਤੇ ਇਹਦੇ ਦਰਵਾਜ਼ਿਆਂ ਤੋਂ ਪਤਾ ਲੱਗਦਾ ਵੀ ਇਹ ਜਿਹੜਾ ਮੰਦਰ ਹੈ ਕਾਫੀ ਜ਼ਿਆਦਾ ਪੁਰਾਣਾ। ਇਹਦੇ ਉੱਤੇ ਪੇਂਟਿੰਗ ਵਾਲੀ ਜਿਹੜੀ ਮੀਨਾ, ਜਿਵੇਂ ਕਿ ਦੋਸਤੋ ਤੁਸੀਂ ਵੇਖ ਸਕਦੇ, ਬਾਜ਼ਾਰ ਚੱਲਦੇ ਚੱਲਦੇ ਆਪਾਂ ਕਾਫੀ ਗਾਹ ਆ ਗਏ। ਹਜੇ ਵੀ ਇਹਦੇ ਜਿਹੜੇ ਸੱਜੇ ਖੱਬੇ ਜਿੱਧਰ ਵੀ ਤੁਸੀਂ ਮੁੜੋਗੇ, ਹਰ ਬੰਨੇ ਤੁਹਾਨੂੰ ਜਵੈਲਰਸ ਦੀਆਂ ਦੁਕਾਨਾਂ ਮਿਲਣਗੀਆਂ। ਦੋਸਤੋ, ਅੰਮ੍ਰਿਤਸਰ ਦੀ ਖਾਸੀਅਤ ਇਹ ਆ ਵੀ ਤੁਸੀਂ ਇੱਕ ਵਾਰ ਜਿਹੜੀ ਚੀਜ਼ ਦੇ ਬਾਜ਼ਾਰ ਵਿੱਚ ਵੜ ਜਾਓਗੇ, ਤੁਹਾਨੂੰ ਉਸੇ ਚੀਜ਼ ਨਾਲ ਸੰਬੰਧਿਤ ਜਿਹੜੀਆਂ ਦੁਕਾਨਾਂ ਮਿਲਣਗੀਆਂ। ਜੇ ਤੁਸੀਂ ਇੱਕ ਵਾਰ ਕੱਪੜੇ ਦੇ ਬਾਜ਼ਾਰ 'ਚ ਵੜ ਗਏ, ਤੁਹਾਨੂੰ ਕੱਪੜੇ ਨਾਲ ਸੰਬੰਧਿਤ ਚੀਜ਼ਾਂ ਮਿਲਣਗੀਆਂ। ਜੇ ਸੋਨੇ ਦੇ ਬਾਜ਼ਾਰ 'ਚ ਵੜ ਗਏ, ਸੋਨੇ ਨਾਲ ਸੰਬੰਧਿਤ। ਦੇਖ ਸਕਦੇ ਦੋਸਤੋ, ਇੱਥੇ ਕਾਫੀ ਜ਼ਿਆਦਾ ਜਿਹੜੀਆਂ ਪੁਰਾਣੀਆਂ ਇਮਾਰਤਾਂ। ਪੁਰਾਣੀਆਂ ਹੱਟਾਂ, ਇਹਨਾਂ ਨੂੰ ਕਹਿੰਦੇ ਪੁਰਾਣੇ ਮਨੀਨ ਬੈਠੇ, ਜਿਹੜੇ ਪੁਰਾਣੀਆਂ। ਸਤਿ ਸ਼੍ਰੀ ਅਕਾਲ ਜੀ, ਆਹ ਕਿਹੜੀ ਚੀਜ਼ ਦੀ ਫੋਟੋ ਜੀ? ਅੱਛਾ, ਜਿਹੜੇ ਪੁਰਾਣੇ ਡਿਜ਼ਾਈਨ ਹੁੰਦੇ। ਅੱਛਾ ਅੱਛਾ, ਐਂਟੀਕ ਜਿਊਲਰੀ ਵਿੱਚ। ਅੱਛਾ ਅੱਛਾ, ਜਿਹੜੇ ਐਂਟੀਕ ਪੀਸ ਜਿਹਨਾਂ ਨੂੰ ਆਉਂਦੇ। ਠੀਕ ਹੈ, ਇਹ ਮਤਲਬ ਤੁਹਾਡੇ ਪੁਰਾਣੇ ਰੱਖੇ ਹੋਏ ਆ ਵੀ ਜਿੱਦਾਂ ਪੁਰਾਣੇ ਸਮੇਂ ਵਿਖਾਉਂਦੇ, ਫੋਟੋਆਂ ਵਿਖਾ ਕੇ ਵਿਖਾਉਂਦੇ ਡਿਜ਼ਾਈਨ ਕੇ, ਜਾਂ ਤੁਸੀਂ ਲੈਂਦੇ ਜੀ ਇਹਦੇ ਨਾਲ ਦੀਆਂ ਚੀਜ਼ਾਂ? ਨਹੀਂ ਨਹੀਂ ਨਹੀਂ, ਇਹ ਡਿਜ਼ਾਈਨ ਹੈਗੇ ਸਾਡੇ ਕੋਲ, ਇਹਨਾਂ ਦੀਆਂ ਡਾਈਆਂ ਹੈਗੀਆਂ। ਅੱਛਾ, ਇਹਨਾਂ ਦੀਆਂ ਡਾਈਆਂ ਤੁਹਾਡੇ ਕੋਲ? ਹਾਂਜੀ, ਉਹ ਕਸਟਮਰ ਆਉਂਦਾ ਸੋਨਾ ਲੈ ਕੇ, ਉਹ ਸਾਨੂੰ ਕਹਿੰਦਾ ਇਹ ਨੱਥ ਕੱਢ ਦਿਓ ਜੀ। ਅੱਛਾ, ਝੁਮਕੀ ਟੋਪਸ ਕੱਢ ਦਿਓ ਜੀ, ਇਹ ਮੁੰਦਰੀ ਕੱਢ ਦਿਓ ਜੀ, ਇਹ ਹਾਰ ਕੱਢ ਦਿਓ, ਉਹ ਟਿੱਕਾ ਕੱਢ ਦਿਓ। ਅੱਛਾ 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 ਜੀ, ਤੁਸੀਂ ਉਸ ਮਤਲਬ ਉਸ ਹਿਸਾਬ ਨਾਲ, ਅਤੇ ਕਿੱਦਾਂ ਤੁਸੀਂ ਓਰੀਜਨਲ ਸੋਨਾ ਬਣਾਉਂਦੇ ਜਾਂ ਫਿਰ ਤੁਸੀਂ ਮਤਲਬ? ਕਸਟਮਰ ਲੈ ਕਹਿੰਦਾ ਬਾਈ ਗ੍ਰੇਡ ਦਾ ਸੋਨਾ ਲੈ ਕਹਿੰਦਾ ਸਾਡੇ ਕੋਲ। ਅੱਛਾ, ਮਤਲਬ ਅੱਛਾ ਬਾਈ ਆਰਡਰ ਬਣਾਉਂਦੇ ਤੁਸੀਂ? ਹਾਂਜੀ ਹਾਂਜੀ। ਇਹ ਕਿਹੜਾ ਬਾਜ਼ਾਰ ਹੈ? ਇਹਨੂੰ ਜਵੈਲਰਸ ਵਾਲਾ ਬਾਜ਼ਾਰ ਹੀ ਹੈ ਨਾ? ਇਹ ਜਵੈਲਰਸ ਵਾਲਾ ਬਾਜ਼ਾਰ ਤੇ ਗੁਰੂ ਬਾਜ਼ਾਰ ਹੈਗਾ ਵੈ, ਇਹਨੂੰ ਉੱਥੇ ਜਵੈਲਰੀ ਵਿਕਦੀ ਹੈ, ਔਰ ਇਸ ਬਾਜ਼ਾਰ 'ਚ ਮੈਨੂਫੈਕਚਰਿੰਗ ਹੁੰਦੀ ਜਵੈਲਰੀ ਸਾਰੀ। ਅੱਛਾ, ਇਹ ਮੈਨੂਫੈਕਚਰਿੰਗ ਹੁੰਦੀ ਹੈ? ਹਾਂਜੀ ਹਾਂਜੀ ਹਾਂਜੀ, ਤੇ ਉੱਪਰ ਜਿੰਨੀਆਂ ਮਾਰਕੀਟ ਆਈਆਂ ਸਭ ਦੇ ਵਿੱਚ ਕਾਰੀਗਰ ਬੈਠੇ ਹੋਏ ਨੇ। ਅੱਛਾ, ਜਿੰਨੀਆਂ? ਅੱਛਾ, ਮੈਂ ਤਾਂ ਸਮਝਿਆ ਕਿਤੇ ਘਰ ਆ ਜੀ। ਨਹੀਂ, ਸਭ ਮਾਰਕੀਟ। ਅੱਛਾ, ਸਾਰੀਆਂ ਮਾਰਕੀਟਾਂ ਗਈ ਜੀ? ਤਦੇ ਮੈਂ ਕਹਾਂ ਵੀ ਇਹ ਥੱਲੇ ਦੁਕਾਨਾਂ ਇੰਨੀਆਂ ਖਾਲੀਆਂ। ਹਾਂਜੀ ਹਾਂਜੀ, ਸਭ ਉੱਪਰ ਸੁਨਿਆਰੇ ਕਾਰੀਗਰ ਵੀ ਨੇ ਸਾਰੇ। ਅੱਛਾ ਜੀ, ਠੀਕ ਹੈ ਜੀ। ਹਾਂ, ਤੁਸੀਂ ਉਹ ਪੌੜੀਆਂ ਚੜ ਜਾਓਗੇ ਨਾ, ਜਿਹੜੀਆਂ ਚਿੱਟੀਆਂ। ਹਾਂਜੀ ਹਾਂਜੀ, ਉੱਪਰ ਜਾਓਗੇ, ਬਸ ਦੂਸਰੀ ਮੰਜ਼ਿਲ, ਤੀਸਰੀ ਮੰਜ਼ਿਲ, ਤੁਹਾਨੂੰ ਸਭ ਫੂਕਾ ਮਾਰਦੇ ਕਾਰੀਗਰ ਕੰਮ ਕਰਦੇ ਨੇ। ਅੱਛਾ ਜੀ, ਧੰਨਵਾਦ ਜੀ। ਦੋਸਤੋ, ਮੈਨੂਫੈਕਚਰਿੰਗ ਵਾਲੇ ਬਾਜ਼ਾਰ ਦੇ ਗਈ ਜਾਂਦੇ, ਇੱਕ ਬਾਬਾ ਬੋੜ ਨਾਂ ਦਾ ਟੈਂਪਲ ਆ ਗਿਆ ਜੀ ਇੱਥੇ, ਜਿਹੜਾ ਬੋੜ ਆ ਕਾਫੀ ਵੱਡਾ। ਇਹ ਵੇਖ ਸਕਦੇ ਜਿਹੜੇ ਬੋੜ ਦੀਆਂ ਟਾਹਣੀਆਂ, ਉਹ ਬਾਜ਼ਾਰ ਦੇ ਵਿੱਚ ਵੀ ਜਾ ਰਹੀਆਂ। ਦੋਸਤੋ, ਤੁਹਾਨੂੰ ਆਪਣਾ ਅੱਜ ਦਾ ਵੀਡੀਓ ਕਿੱਦਾਂ ਲੱਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੀ ਵੀਡੀਓ ਜਿਹੜੀ ਉਹ ਸ਼ੇਅਰ ਜ਼ਰੂਰ ਕਰਿਓ, ਤੋ ਸਾਡਾ ਯੂਟਿਊਬ ਚੈਨਲ ਬਲੌਗ ਹੰਟਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।